ਨੌਜਵਾਨ ਦੇ ਜਨਮ ਦਿਨ ਦੀਆਂ ਚੱਲ ਰਹੀਆਂ ਸੀ ਤਿਆਰੀਆਂ। ਕੰਮ ਕਰਦੇ ਸਮੇਂ ਫੈਕਟਰੀ 'ਚ ਲੱਗੀ ਭਿਆਨਕ ਅੱਗ, ਸੜ ਕੇ 3 ਨੌਜਵਾਨਾਂ ਦੀ ਹੋ ਗਈ ਮੌਤ। ਤਾਂ ਦੱਸ ਦਈਏ ਕਿ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ, ਜਿਸ ਦੇ ਵਿੱਚ 3 ਨੌਜਵਾਨ ਝੁਲਸ ਕੇ ਸਵਾਹ ਹੋ ਗਏ ਨੇ, ਜਿਨ੍ਹਾਂ ਦੀ ਉਮਰ ਕਰੀਬ 20 ਤੋਂ 25 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਤਾਂ ਹੁਣ ਪਰਿਵਾਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਨੌਜਵਾਨ ਘਰ ਦੀ ਤੰਗੀ ਕਰਕੇ ਦਿਨੇ ਪੜ੍ਹਾਈ ਕਰਦੇ ਸੀ ਅਤੇ ਰਾਤ ਨੂੰ ਕੰਮ ਕਰਦੇ ਸੀ। ਤਾਂ ਇਹ ਪੂਰਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ 3 'ਚ 1 ਨੌਜਵਾਨ ਦਾ ਕੱਲ੍ਹ ਜਨਮ ਦਿਨ ਸੀ। ਤਾਂ ਘਰੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ, ਪਰ ਇਸ ਤੋਂ ਪਹਿਲਾਂ ਹੀ ਵੱਡਾ ਭਾਣਾ ਵਰਤ ਗਿਆ ਅਤੇ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਅਤੇ ਇਸ ਨੌਜਵਾਨ ਦੀ ਝੁਲਸ ਕੇ ਮੌਤ ਹੋ ਗਈ। ਤਾਂ ਜਨਮ ਦਿਨ ਵੀ ਨਹੀਂ ਮਨਾ ਸਕਿਆ ਨੌਜਵਾਨ, ਇਸ ਤੋਂ ਪਹਿਲਾਂ ਹੀ ਇਸ ਦੀ ਮੌਤ ਹੋ ਗਈ। ਜਦਕਿ ਦੂਸਰੇ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਮਾਂ ਵੀ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ ਅਤੇ ਇਸ ਨੌਜਵਾਨ ਦੀ ਹੁਣ ਮਾਂ ਪਿੱਛੇ ਇਕੱਲੀ ਰਹਿ ਗਈ ਹੈ। ਤੀਸਰੇ ਨੌਜਵਾਨ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਤਾਂ ਇਹ ਸਵੇਰੇ ਪੜ੍ਹਾਈ ਕਰਦਾ ਸੀ ਅਤੇ ਰਾਤ ਨੂੰ ਕੰਮ ਕਰਦਾ ਸੀ, ਤਾਂ ਘਰ ਦੀਆਂ ਮਜਬੂਰੀਆਂ ਕਰਕੇ ਇਸ ਨੂੰ ਫੈਕਟਰੀ ਦੇ ਵਿੱਚ ਲੱਗਣਾ ਪਿਆ, ਪਰ ਹੁਣ ਅੱਗ ਦੇ ਵਿੱਚ ਝੁਲਸ ਕੇ ਇਸ ਦੀ ਮੌਤ ਹੋ ਗਈ ਹੈ। ਤਾਂ ਘਰ ਦੀਆਂ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਇਹਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹੋਇਆ ਜੀ, ਫੈਕਟਰੀ 'ਚ ਗਏ ਸੀਗੇ ਗੱਦਿਆਂ ਵਾਲੀ 'ਚ, ਉੱਥੇ ਅੱਗ ਲੱਗ ਗਈ ਤਾਰਾਂ ਦਾ ਕਰਕੇ, ਇਹਦਾ ਕਰਕੇ ਬਾਹਰ ਨਹੀਂ ਨਿਕਲਿਆ ਗਿਆ ਉਹਨਾਂ ਤੋਂ, ਅਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ। ਕਿੰਨੇ ਟਾਈਮ ਤੋਂ ਫੈਕਟਰੀ 'ਚ ਕੰਮ ਕਰਦੇ? ਫੈਕਟਰੀ ਤੋਂ ਥੋੜ੍ਹਾ ਟਾਈਮ ਜ਼ਿਆਦਾ ਹੋ ਗਿਆ ਸੀਗਾ ਕੰਮ ਕਰਦਿਆਂ ਨੂੰ, ਵਾਹਵਾ ਟਾਈਮ ਹੋ ਗਿਆ ਸੀਗਾ ਕਰਦਿਆਂ ਨੂੰ, ਤੇ ਹੁਣ ਕੋਈ ਹੈ ਨਹੀਂ ਗਾ। ਮੰਮਾ ਮੇਰੇ ਗੋਹਾ ਕੂੜਾ ਕਰਕੇ ਗੁਜ਼ਾਰਾ ਕਰਦੇ ਨੇ, ਇੱਕ ਭਰਾ ਨਿੱਕਾ ਗਾ ਉਹ ਪੜ੍ਹਦਾ ਗਾ, ਤੇ ਫਾਦਰ ਦੀ ਡੈਥ ਹੋ ਗਈ ਆ, ਤੇ ਇੱਕ ਵਿਜੇ ਸੀਗਾ ਜਿਹੜਾ ਮੰਮਾ ਦਾ ਸਹਾਰਾ ਸੀਗਾ, ਹੁਣ ਹੋਰ ਕੋਈ ਹੈ ਨਹੀਂ ਗਾ ਘਰ ਬਾਰ ਚਲਾਉਣ ਵਾਲਾ, ਇਹਦਾ ਕਰਕੇ ਸਾਨੂੰ ਇਨਸਾਫ ਵੀ ਦਿੱਤਾ ਜਾਵੇ, ਪੜ੍ਹਾਈ ਲਿਖਾਈ ਲਈ ਕੋਈ ਸਰਕਾਰ ਵੱਲੋਂ ਮਦਦ ਕੀਤੀ ਜਾਵੇ। ਤੇ ਅਚਾਨਕ ਇਹਨਾਂ ਦੇ ਅੱਗ ਲੱਗਣ ਕਾਰਨ ਮੌਤ ਹੋ ਗਈ, ਅਸੀਂ ਇਹ ਇਨਸਾਫ ਮੰਗਦੇ ਹਾਂ ਕਿ ਸਾਡੇ ਇੱਕ ਤਾਂ ਪਿੱਛੇ ਪਰਿਵਾਰ ਜਿਹੜਾ ਉਹਨਾਂ ਨੂੰ ਪਾਲਣ ਦੀ ਸਹਾਇਤਾ ਦਿੱਤੀ ਜਾਵੇ ਜਾਂ ਮਾਲੀ ਸਹਾਇਤਾ, ਕੁਛ ਵੀ ਸਰਕਾਰ ਦੇਵੇ ਸਾਨੂੰ, ਇਹਨਾਂ ਦਾ ਘਰ ਚੱਲੇ ਜੀ। ਘਰ ਦਾ ਗੁਜ਼ਾਰਾ ਜੀ ਇਹਨਾਂ ਦੀ, ਸਾਡੀ ਭੈਣ ਜਿਹੜੀ ਗੋਹਾ ਕੂੜਾ ਕਰਦੀ ਆ, ਭਾਈਏ ਸਾਡੇ ਦੀ ਡੈਥ ਹੋਈ ਹੋਈ ਆ, ਬਹੁਤ ਔਖਾ ਗੁਜ਼ਾਰਾ ਚੱਲਦਾ ਜੀ ਇਹਨਾਂ ਦਾ। ਬਾਕੀ ਇਹਨਾਂ ਦੀ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਜੀ। ਇੱਕ ਇਹ ਕੁਆਰਾ ਸੀ, ਮੈਰਿਜ ਨਹੀਂ ਹੋਈ ਜੀ, ਅਨਮੈਰਿਜ ਸੀ। ਉਮਰ ਹੋ ਗਈ ਉਹਦੀ 25 ਸਾਲ ਦੀ, ਇੱਥੇ 18 ਸਾਲ 20 ਸਾਲ ਦੀ ਉਮਰ ਜੀ। ਸਾਨੂੰ ਜੀ ਸੁਬਾਹ ਪਤਾ ਲੱਗਿਆ ਜੀ, ਅਤੇ ਸੁਬਾਹ ਪਤਾ ਲੱਗਿਆ ਜਦੋਂ ਅਸੀਂ ਵੀ ਆਹ ਗੱਲ ਬਣ ਗਈ, ਅਸੀਂ ਇੱਥੇ ਆਏ ਆਪਣੇ ਪਿੰਡ ਦਾ ਜੀ ਦੋਹਤਾ ਆਏ ਸਾਡਾ ਪਿੰਡ ਕਿਉਲ ਹੈ, ਅਤੇ ਬਹੁਤ ਮੰਨ ਕੇ ਚਲੋ ਵੀ ਔਖਾ ਨਾਲ ਪਾਲਿਆ ਸੀ ਕੁੜੀ ਨੇ ਜੀ, ਬਹੁਤ ਮਜ਼ਦੂਰੀਆਂ ਕਰਕੇ ਦਿਹਾੜੀਆਂ ਕਰਕੇ ਬੱਚਾ ਪਾਲਿਆ ਪੜ੍ਹਾਇਆ, ਅਤੇ ਡਿਊਟੀ ਕਰਦਾ ਸੀ ਵਿਚਾਰਾ, ਵੀ ਜ਼ਿਆਦਾ ਹਾਦਸਾ ਹੋ ਗਿਆ ਇਹਦੇ ਨਾਲ। ਇਹਨਾਂ ਦਰਿੰਦਰ ਸਿੰਘ ਜੀ ਉਮਰ ਤਕਰੀਬਨ 21 ਸਾਲ ਦੀ ਉਮਰ ਹੈ ਜੀ। ਪਰਿਵਾਰ ਦੇ ਵਿੱਚ ਜੀ 3 ਛੋਟੇ ਭੈਣ ਭਾਈ ਹੈ ਜੀ, ਇਹਦੇ ਦੰਨੀਆਂ 2 ਕੁੜੀਆਂ ਹੈ ਅਤੇ 1 ਭਾਈ ਇਹਦਾ ਛੋਟਾ ਜੀ। ਹਾਂ ਜੀ, 1 ਭੈਣ ਭਾਈ, ਹਾਂ 1 ਕਮਰਾ ਇਹਨਾਂ ਦਾ ਜੀ। ਬਸ ਆਹ ਘਰ ਦੇ ਹਾਲਾਤ ਉਹਦੇ ਦੇਖੀ ਇਹਨੇ, ਬਹੁਤ ਮਾੜੇ ਹਾਲਾਤਾਂ ਨਾਲ ਬੱਚੇ ਪਾਲੇ, ਬਹੁਤ ਔਖਾ ਗੁਜ਼ਾਰਾ ਜੀ ਕਰਦਾ, ਇਹੀ ਕਮਾਈ ਵਾਲਾ ਸੀਗਾ ਮੁੰਡਾ ਇਕੱਲਾ ਜੀ, ਪੜ੍ਹਾਈ ਦੇ ਨਾਲ ਨਾਲ ਕਮਾਈ ਵੀ ਕਰਦਾ। ਹਾਂ, ਪੜ੍ਹਾਈ ਦੇ ਨਾਲ ਕੰਮ ਕਰਦਾ ਸੀਗਾ, ਬਸ ਮੰਨ ਕੇ ਚਲੋ ਵੀ ਇਹੀ ਕੰਮ ਵਾਲਾ ਸੀਗਾ ਇਹਨਾਂ ਸਾਰਿਆਂ 'ਚ। ਆਰਮੀ ਜਾਂ ਪੁਲਿਸ ਦੇ ਵਿੱਚ ਵੀ ਭਰਤੀ ਦੇਖ ਕੇ ਆਏ? ਹਾਂ, ਭਰਤੀਆਂ ਦੇਖੀਆਂ ਸੀਗੀਆਂ ਜੀ, ਹਜੇ ਤੱਕ ਸਿਲੈਕਸ਼ਨ ਦਾ ਕੋਈ ਹੋਈ ਨਹੀਂ, ਵੀ ਪ੍ਰਾਈਵੇਟ ਜੋਬ ਕਰਦਾ ਸੀ ਬੇਚਾਰਾ। ਅਤੇ ਮੰਮੀ ਡੈਡੀ ਕੀ ਕੰਮ ਕਰਦੇ? ਮਜ਼ਦੂਰੀ ਕਰਦੇ ਜੀ, ਆਹੀ ਬਸ।
ਦਿਹਾੜੀ ਕਰਦੇ ਆ, ਘਰਾਂ 'ਚ ਕੰਮ ਕਰ ਲਿਆ, ਜਿਵੇਂ ਕਿਸੇ ਦੇ ਖੇਤ ਦੇ ਕੰਮ ਕਰ ਲਿਆ, ਆਹੀ ਕੰਮ ਧੰਦਾ ਕਰਦੇ ਸੀ। ਹੁਣ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਹੈ? ਸਰਕਾਰ ਨੂੰ ਇਹੀ ਮੰਗ ਹੈ ਜੀ, ਇਹਨਾਂ ਦੀ ਸਹਾਇਤਾ ਕੀਤੀ ਜਾਵੇ, ਇਹਨਾਂ ਤੱਕ ਪਹੁੰਚਿਆ ਜਾਵੇ, ਮਦਦ ਕੀਤੀ ਜਾਵੇ ਇਹਨਾਂ ਦੀ। ਰਾਤ ਤਕਰੀਬਨ 9 ਵਜੇ ਡੱਬ ਵਾਲੀ ਰੋਡ 'ਤੇ ਪਿੰਡ ਗੈਰੀ ਪੁੱਟਰ ਦੇ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗੀ ਸੀ। ਮੌਕੇ 'ਤੇ ਉਸ ਸਮੇਂ 7 ਜਿਹੜੇ ਲੇਬਰ ਸੀ ਉਹ ਕੰਮ ਕਰ ਰਹੀ ਸੀ ਉੱਥੇ, ਅਤੇ ਅੱਗ ਇੰਨੀ ਕੁ ਤੇਜ਼ ਅਤੇ ਭਿਆਨਕ ਸੀ ਕਿ ਉਹਦੇ ਵਿੱਚੋਂ ਅਸੀਂ 3 ਕੀਮਤੀ ਜਾਨਾਂ ਗੁਆ ਚੁੱਕੇ ਹਾਂ, ਜਿਨ੍ਹਾਂ ਦੀ ਉਮਰ ਤਕਰੀਬਨ 19-21 ਸਾਲ, ਸਾਰੇ ਯੰਗ ਬੱਚੇ ਸੀਗੇ। ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਰੇ ਜ਼ਿਲ੍ਹਾ ਬਠਿੰਡਾ ਦੀਆਂ ਵੱਖ ਵੱਖ ਮਿਊਂਸਪੈਲਿਟੀਆਂ 'ਚੋਂ ਅਤੇ ਆਸ ਪਾਸ ਦੇ ਜ਼ਿਲ੍ਹਿਆਂ 'ਚੋਂ ਵੀ ਆ ਗਈਆਂ ਸੀਗੀਆਂ। ਅਤੇ ਤਕਰੀਬਨ 1 ਘੰਟੇ ਦੇ ਅੰਦਰ ਅੰਦਰ ਅੱਗ 'ਤੇ ਅਸੀਂ ਕਾਬੂ ਪਾ ਲਿਆ ਸੀਗਾ, ਪਰੰਤੂ ਸਾਡੀ ਬਦਕਿਸਮਤ ਇਹ ਰਹੀ ਹੈ ਵੀ ਅਸੀਂ 3 ਜਿਹੜੇ ਬੱਚੇ ਸੀ ਉਹਨਾਂ ਦੀਆਂ ਜਾਨਾਂ ਗੁਆ ਦਿੱਤੀਆਂ। ਸਰ, ਕੀ ਪ੍ਰੋਫਾਈਲ ਕੀ ਬੱਚਿਆਂ ਦਾ? ਕਹਿੰਦੇ ਲੇਬਰ ਕਰਦੇ ਸੀ, ਨਾਲ ਪੜ੍ਹਦੇ ਸੀ, ਹੁਣ ਤੱਕ ਕੀ ਸਾਹਮਣੇ ਆਇਆ? ਇਹ ਫੈਕਟਰੀ ਵਾਲਿਆਂ ਦੇ ਦੱਸਣ ਮੁਤਾਬਕ ਉਹਨਾਂ ਦੀ ਰੈਗੂਲਰ ਲੇਬਰ ਸੀ, ਜਦੋਂ ਵੀ ਉਹਨਾਂ ਦਾ ਕੰਮ ਸ਼ੁਰੂ ਹੁੰਦਾ ਸੀ ਉਹਨਾਂ ਕੋਲ ਆ ਕੇ ਕੰਮ ਕਰਦੇ ਸੀ। ਤਕਰੀਬਨ 5 ਦਿਨ ਪਹਿਲਾਂ ਹੀ ਇਹ ਫੈਕਟਰੀ ਦਾ ਜਿਹੜਾ ਕੰਮ ਸੀ ਦੁਬਾਰੇ ਤੋਂ ਸ਼ੁਰੂ ਹੋਇਆ ਸੀਗਾ, ਸੀਜ਼ਨਲ ਕੰਮ ਸੀ ਉਹਨਾਂ ਦਾ। ਫੈਮਿਲੀ ਮੁਆਵਜ਼ੇ ਦੀ ਮੰਗ ਕਰਦੇ, ਕਹਿੰਦੇ ਮੁਆਵਜ਼ਾ ਹੋਵੇ? ਹਾਂ, ਉਹ ਉਹਨਾਂ ਦੇ ਨਾਲ ਫੈਕਟਰੀ ਵਾਲਿਆਂ ਦੀ ਡਾਇਰੈਕਟ ਗੱਲ ਵੀ ਚੱਲ ਰਹੀ ਹੈ, ਜੇ ਇੰਟਰਵੈਂਸ਼ਨ ਦੀ ਜਦੋਂ ਲੋੜ ਪੈਂਦੀ ਹੈ ਤਾਂ ਐਡਮਿਨਿਸਟ੍ਰੇਸ਼ਨ ਵੀ ਇੰਟਰਵੀਨ ਕਰਦੀ ਹੈ, ਤਾਂ ਕਿ ਕਿਸੇ ਵੀ ਧਿਰ ਦਾ ਬੱਚੇ ਉਹਨਾਂ ਨੇ ਆਪਣੇ ਖੋਏ ਆ ਤਾਂ ਕੋਈ ਨੁਕਸਾਨ ਨਾ ਹੋਵੇ। ਸਰ, ਇਸ ਐਂਗਲ ਤੋਂ ਵੀ ਜਾਂਚ ਕਰ ਰਹੇ, ਕਹਿ ਰਹੇ ਵੀ ਜੀ ਸਿਲੰਡਰ ਬਹੁਤ ਜ਼ਿਆਦਾ ਨੇ, ਕਹਿੰਦੇ ਹੋ ਸਕਦਾ ਉਹ 'ਚ ਕੋਈ ਬਲਾਸਟ ਹੋਇਆ ਹੋਵੇ, ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਵੀ ਵਾਈ ਰੀਜ਼ਨ ਕੀ ਸੀਗਾ ਅੱਗ ਲੱਗਣ ਦਾ? ਮੁੱਢਲੇ ਰੀਜ਼ਨ ਦੇ ਵਿੱਚ ਤਾਂ ਦੇਖੋ ਜੋ ਲੋਕ ਗੱਲ ਕਰਦੇ ਆ ਉਹਦੇ ਵਿੱਚ ਤਾਂ ਇਹੀ ਹੈ ਕਿ ਇਹ ਐਕਸੀਡੈਂਟ ਹੈ, ਐਕਸੀਡੈਂਟ ਹੈ, ਬਟ ਕਿਉਂਕਿ ਇਹਦੀ ਇੱਕ ਪੂਰੀ ਇਨਕੁਆਇਰੀ ਹੋਊਗੀ, ਸਾਈਡ 'ਤੇ ਜਾ ਕੇ ਸਪੋਟ ਵਿਜਿਟ ਹੋਊਗੀ, ਰਾਤ ਦੀਆਂ ਫੋਟੋਆਂ ਨੇ ਸਾਡੇ ਕੋਲ, ਰਾਤ ਦੇ ਜਿਹੜੇ ਜਿਹੜੇ ਬੰਦੇ ਉੱਥੇ ਔਨ ਡਿਊਟੀ ਸੀ ਇਨਕਲੂਡਿੰਗ ਸਿਕਿਉਰਿਟੀ ਗਾਰਡ ਅਤੇ ਲੇਬਰ ਮਿਲਾ ਕੇ 14 ਬੰਦੇ ਸੀਗੇ, ਉਹ ਸਾਰਿਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਹਦੇ ਬੇਸ ਦੇ ਉੱਪਰ ਅੱਗੇ ਇਨਵੈਸਟੀਗੇਸ਼ਨ ਪੂਰੀ ਕਰਕੇ ਹੀ ਦੱਸ ਸਕਾਂਗੇ।